ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਪਨੀਰ ਦੀ ਰੈਸਪੀ ਸ਼ੇਅਰ ਕਰਨ ਜਾ ਰਹੇ ਹਾਂ ਜਿਹਦੇ ਲਈ ਆਪਾਂ ਨੂੰ ਚਾਹੀਦਾ ਪਨੀਰ ਪਿਆਜ਼ ਲਾਲ ਮਿਰਚਾਂ ਸੁੱਕੀਆਂ achar ਤੇ ਥੋੜਾ ਲਸਣ ਛਿੱਲਿਆ ਹੋਇਆ ਤੇ ਥੋੜਾ ਜਿਹਾ ਆਪਾਂ ਨੂੰ ਚਾਹੀਦਾ ਸੁੱਕੇ ਮਸਾਲੇ ਜਿਹਦੇ ਵਿੱਚ ਲੌਂਗ ਇਲਾਇਚੀ ਕਾਲੀ ਮਿਰਚ ਜੀਰਾ ਦਾਲਚੀਨੀ ਸੁੱਕਾ ਧਨੀਆ ਤੇ ਕਸੂਰੀ ਮੇਥੀ ਇਹ ਚੀਜ਼ਾਂ ਆਪਾਂ ਨੂੰ ਸੁੱਕੇ ਮਸਾਲੇ ਲਈ ਚਾਹੀਦੇ ਆ ਥੋੜਾ ਜਿਹਾ ਡਰਾਈ ਫਰੂਟ ਜਿਵੇਂ ਕਿ ਕਾਜੂ ਤੇ ਮਗਜਾਰੇ ਜਿਹੜੇ ਕਾਜੂ ਸੀ ਇਹ ਮੈਂ 2-3 ਘੰਟੇ ਲਈ ਪਾਣੀ ਚ ਭਿਓ ਕੇ ਰੱਖੇ ਸੀ ਤੇ ਆਪਾਂ ਨੂੰ ਚਾਹੀਦੇ ਨੇ 4 ਟਮਾਟਰ ਇੱਕ ਆਪਾਂ ਜਿਹੜਾ ਰਫਲੀ ਚੋਪ ਕਰ ਲੈਣਾ ਤੇ ਤਿੰਨ ਜਿਹੜੇ ਆਪਾਂ ਮਸਾਲੇ ਚ ਭੁੰਨੇ ਇਹ ਤੁਹਾਨੂੰ ਆਪਾਂ ਦੱਸਦੇ ਹਾਂ ਕਿ ਕਿਦਾਂ ਭੁੰਨੇ ਇਸ ਲਈ ਆਪਾਂ ਨੂੰ ਫਰੈਸ਼ ਕਰੀਮ ਹਰੀ ਮਿਰਚ ਤੇ ਥੋੜਾ ਜਿਹਾ ਜਿਹੜਾ 올ਿਵ ਆਇਲ ਚਾਹੀਦਾ ਆ ਤੁਸੀਂ ਰਿਫਾਈਨਡ ਵੀ ਯੂਜ਼ ਕਰ ਸਕਦੇ ਹੋ ਸਰੋਂ ਦਾ ਤੇਲ ਜੇ ਯੂਜ਼ ਕਰਦੇ ਹੋ ਤਾਂ ਉਹਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਜਿਹੜਾ ਉਹਦਾ ਧੂਆ ਨਿਕਲ ਜਾਵੇ ਤੇ ਉਹ ਸਾਫ਼ ਪਿਓਰ ਹੋ ਜਾਵੇ ਤੇ ਦੇਸੀ ਘਿਓ ਵੀ ਯੂਜ਼ ਕਰ ਸਕਦੇ ਹੋ ਇਹ ਤੁਹਾਡੀ ਇੱਛਾ ਹੈ ਥੋੜਾ ਜਿਹਾ ਆਪਾਂ ਜਿਹੜਾ ਦੋ ਵੱਡੇ ਚਮਚ ਜਿਹੜਾ ਆਇਲ ਪਾ ਲਿਆ ਵਾ ਇਹਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲੈਣਾ ਵਾ ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋਈ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਜਿਹੜੇ ਆ ਪਿਆਜ਼ ਟਮਾਟਰ ਸੌਰੀ ਜਿਹੜੇ ਆਪਾਂ ਰਫਲੀ ਚੋਪ ਕੀਤੇ ਹੋਏ ਆ ਉਹ ਆਪਾਂ ਤਿੰਨ ਟਮਾਟਰ ਜਿਹੜੇ ਆ ਇਸ ਮਸਾਲੇ ਦੇ ਵਿੱਚ ਪਾਉਣੇ ਆ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਆਪਾਂ ਇਹਦੇ ਵਿੱਚ ਜਿਹੜੇ ਆ ਚੌਪ ਕੀਤੇ ਹੋਏ ਪਿਆਜ਼ ਤੇ ਲਸਣ ਇਹ ਆਪਾਂ ਐਡ ਕਰ ਦੇਣੇ ਅਤੇ ਇਹਨਾਂ ਨੂੰ 2-3 ਮਿੰਟ ਦੇ ਲਈ ਆਪਾਂ ਭੁੰਨ ਲੈਣਾ ਵਿੱਚ ਜਿਹੜੀਆਂ ਹਰੀਆਂ ਮਿਰਚਾਂ ਨੇ ਉਹ ਵੀ ਆਪਾਂ ਥੋੜੀਆਂ ਮੋਟੀਆਂ ਕੱਟ ਕੇ ਪਾ ਲੈਣੀਆਂ ਨੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਐਡ ਕਰ ਦੇਣਾ ਜੀਰਾ ਐਡ ਕਰਨ ਤੋਂ ਬਾਅਦ ਆਪਾਂ ਥੋੜਾ ਦਾਲ ਚੀਨੀ ਦਾ ਟੁਕੜਾ ਆਪਾਂ ਇਹ ਮਸਾਲੇ ਦੇ ਵਿੱਚ ਹੀ ਪਾ ਲੈਣਾ ਕਿਉਂਕਿ ਜਿਹੜਾ ਦੂਜਾ ਖੜੇ ਮਸਾਲੇ ਹੁੰਦੇ ਨੇ ਨਾ ਇਹ ਕਈ ਵਾਰ ਬੱਚੇ ਖਾਂਦੇ ਨਹੀਂ ਤਾਂ ਇਹ ਇਸ ਮਸਾਲੇ ਨੂੰ ਆਪਾਂ ਫਾਈਨਲੀ ਗ੍ਰाइंड ਕਰਨਾ ਤਾਂ ਉਹ ਫਿਰ ਸਾਰਾ ਭੁੱਜ ਕੇ ਨਾਲ ਹੀ ਗ੍ਰाइंड ਹੋ ਜਾਊਗਾ ਫਿਰ ਵਧੀਆ ਟੇਸਟ ਜਿਹੜਾ ਸਬਜੀ ਦੇ ਵਿੱਚ ਫਲੇਵਰ ਵੀ ਅੱਛਾ ਆਊਗਾ ਤੇ ਟੇਸਟ ਵੀ ਤੇ ਕਾਲੀਆਂ ਮਿਰਚਾਂ ਵੀ ਆਪਾਂ ਪਾ ਲੈਣੀਆਂ ਇਹ ਆਪਾਂ ਬਹੁਤ ਹੈਲਦੀ ਹੁੰਦੀਆਂ ਜਿਵੇਂ ਵਾਈ ਵਗੈਰਾ ਦੀ ਇਹ ਪੀੜਾ ਤੋਂ ਵੀ ਬਚਾਉਂਦੀਆਂ ਆਪਾਂ ਨੂੰ ਜਿਹੜੇ ਲੌਂਗ ਤੇ ਇਲਾਇਚੀਆਂ ਇਹ ਆਪਾਂ ਬਾਅਦ ਵਿੱਚ ਐਡ ਕਰਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ 4 ਤੋਂ 5 ਮਿੰਟ ਦੇ ਲਈ ਭੁੰਨ ਲੈਣਾ ਵਾ ਜਦੋਂ ਪਿਆਜ਼ ਚੰਗੀ ਤਰ੍ਹਾਂ ਭੁੱਜ ਗਏ ਤਾਂ ਆਪਾਂ ਇਹਦੇ ਵਿੱਚ ਟਮਾਟਰ ਜਿਹੜੇ ਐਡ ਕਰ ਦੇਣੇ ਆ ਤਿੰਨ ਟਮਾਟਰ ਤਾਂ ਆਪਾਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਪਹਿਲਾਂ ਆਪਾਂ ਐਡ ਕਰਨੇ ਆ ਫਿਰ ਆਪਾਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਜਿਹੜੇ ਜਦੋਂ ਟਮਾਟਰ ਪੂਰੀ ਤਰ੍ਹਾਂ ਗਲ ਜਾਣ ਉਸ ਤੋਂ ਬਾਅਦ ਆਪਾਂ ਗੈਸ ਨੂੰ ਜਿਹੜਾ ਬੰਦ ਤੇ ਹੁਣ ਟਮਾਟਰ ਭੁੱਜ ਗਏ ਤਾਂ ਆਪਾਂ ਜਿਹੜਾ ਡਰਾਈ ਫਰੂਟ ਹਨ ਭਿੱਜੇ ਹੋਏ ਕਾਜੂ ਤੇ ਚਾਰੇ ਮਗਜ ਉਹ ਵੀ ਆਪਾਂ ਇਹਦੇ ਵਿੱਚ ਹੀ ਐਡ ਕਰ ਦੇਣੇ ਆ ਕਿਉਂਕਿ ਅੱਜਕੱਲ ਆਪਾਂ ਨੂੰ ਪਤਾ ਕਿ ਜਿਹੜੇ ਬੱਚੇ ਆ ਨਾ ਉਹਨਾਂ ਦੀ ਡਾਈਟ ਜਿਆਦਾ ਹੈਲਦੀ ਨਹੀਂ ਹੈਗੀ ਤਾਂ ਆਪਾਂ ਕਿਸੇ ਵੀ ਤਰ੍ਹਾਂ ਡਰਾਈ ਫਰੂਟ ਜਾਂ ਕੋਈ ਵੀ ਹਰੀਆਂ ਸਬਜ਼ੀਆਂ ਜਾਂ ਕੁਝ ਵੀ ਕਹੋ ਆਪਾਂ ਛੁਪਾ ਕੇ ਹੀ ਬੱਚਿਆਂ ਨੂੰ ਦੇਣੀ ਆ ਹੁਣ ਅੱਜਕੱਲ ਪ੍ਰੇਫਰ ਕਰਦੇ ਆ ਤਾਂ ਇਹ ਡਰਾਈ ਫਰੂਟ ਜਿਹੜਾ ਇੱਕ ਤਾਂ ਚੰਗੀ ਤਰ੍ਹਾਂ ਪੱਕ ਜੂਗਾ ਨਾਲੇ ਜਿਹੜੀ ਗਰੇਵੀ ਆ ਉਹ ਬਹੁਤ ਹੀ ਸਮੂਥ ਬਣੂਗੀ ਜਿਹੜੀ ਵਧੀਆ ਲੱਗਦੀ ਆ ਆਪਾਂ ਨੂੰ ਚੀਜ਼ ਟਮਾਟੋ ਦੇ ਵਿੱਚ ਹੁਣ ਆਪਾਂ ਗੈਸ ਦਾ ਫਲੇਮ ਬੰਦ ਕਰਤਾ ਤੇ ਮਸਾਲੇ ਨੂੰ ਆਪਾਂ ਠੰਡਾ ਹੋਣ ਦੇ ਲਈ ਇਹ ਇੱਕ ਬਰਤਨ ਦੇ ਵਿੱਚ ਕੱਢ ਲਿਆ ਤੇ ਇਹਨੂੰ ਰੂਮ ਟੈਂਪਰੇਚਰ ਤੇ ਹੀ ਆਪਾਂ ਠੰਡਾ ਕਰਨਾ ਆ ਜੇ ਤੁਹਾਡੇ ਕੋਲ ਖੁੱਲਾ ਟਾਈਮ ਹੋਵੇ ਤੇ ਤੁਸੀਂ ਇਹਨੂੰ ਫ੍ਰੀਜ਼ਰ 'ਚ ਵੀ 8 ਘੰਟਾ ਰੱਖ ਸਕਦੇ ਹੋ ਪਰ ਨਹੀਂ ਤਾਂ ਤੁਸੀਂ ਰੂਮ ਟੈਂਪਰੇਚਰ ਤੇ ਠੰਡਾ ਕਰ ਲਓ ਉਹੀ ਸਫੀਸੈਂਟ ਆ ਜ਼ਿਆਦਾ ਚਿੱਲ ਕਰਨ ਦੀ ਲੋੜ ਨਹੀਂਗੀ 12 ਤਾਂ ਆਪਾਂ ਕੜਾਈ ਦੇ ਵਿੱਚ ਥੋੜਾ ਜਿਹਾ ਤੇਲ ਪਾ ਕੇ ਜਿਹੜਾ ਪਨੀਰ ਆ ਉਹਨੂੰ ਸੌਫਟ ਕਰਨ ਦੇ ਲਈ ਆਪਾਂ ਇੱਕ ਜਿਹੜਾ ਟਮਾਟਰ ਰੱਖਿਆ ਸੀਗਾ ਇਹਨੂੰ ਬਰੀਕ-ਬਰੀਕ ਕੱਟ ਕੇ ਨਾਲ ਐਡ ਕਰ ਲੈਣਾ ਤੇ ਇੱਕ ਆਪਾਂ ਨਾਲ ਜਿਹੜਾ ਪਨੀਰ ਆ ਕੱਟਿਆ ਹੋਇਆ ਇਹਨੂੰ ਅੱਛੀ ਤਰ੍ਹਾਂ ਆਪਾਂ ਉਹਦੇ ਵਿੱਚ ਫਰਾਈ ਕਰ ਲੈਣਾ ਹੁਣ ਆਪਾਂ ਧਿਆਨ ਦੇ ਨਾਲ ਪਲਟਣਾ ਪਨੀਰ ਨੂੰ ਤਾਂ ਕਿ ਜਿਹੜੇ ਇਹਦੇ ਪੀਸੇ ਨਰਮ ਹੁੰਦਾ ਵੀ ਟੁੱਟ ਨਾ ਜਾਵੇ। ਉਹਨੂੰ ਕੁਝ ਟਾਈਮ ਬਾਅਦ ਆਪਣਾ ਮਸਾਲਾ ਜਿਹੜਾ ਠੰਡਾ ਹੋ ਚੁੱਕਿਆ ਤਾਂ ਆਪਾਂ ਇਹਨੂੰ ਬਲੈਂਡ ਕਰ ਲੈਣਾ ਅੱਛੀ ਤਰ੍ਹਾਂ। ਬਲੈਂਡ ਕਰਨ ਦੇ ਲਈ ਅਸੀਂ ਬਲੈਂਡਰ ਦਾ ਯੂਜ਼ ਕੀਤਾ ਤੁਸੀਂ ਮਿਕਸੀ ਦੇ ਵਿੱਚ ਵੀ ਇਹਨੂੰ ਪੀਸ ਸਕਦੇ ਹੋ ਪਾਂ ਦੁਬਾਰਾ ਜਿਹੜਾ ਇੱਕ ਚਮਚ ਤੇਲ ਪਾ ਕੇ ਜਾਂ ਘਿਓ ਪਾ ਕੇ ਤੇ ਇਹਦੇ ਵਿੱਚ ਆਪਾਂ 2-3 ਲੌਂਗ 2 ਇਲਾਇਚੀਆਂ ਛੋਟੀਆਂ ਤੇ ਜੀਰਾ ਇਲਾਇਚੀਆਂ ਨੂੰ ਆਪਾਂ ਤੋੜ ਕੇ ਜਿਹੜਾ ਪਾਈਏ ਤਾਂ ਕਿ ਇਹਦਾ ਫਲੇਵਰ ਅੱਛਾ ਆਵੇ ਜੀਰਾ ਐਡ ਕਰਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਣਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਮਕ ਸਵਾਦ ਅਨੁਸਾਰ ਆਪਾਂ ਪਾ ਲੈਣਾ ਅਸੀਂ ਜਿਹੜਾ ਸੇਧਾ ਨਮਕ ਯੂਜ਼ ਕਰਦੇ ਆਂ ਘਰ ਤੇ ਡਾਕਟਰ ਕਹਿੰਦੇ ਕਿ ਇਹ ਚੰਗਾ ਹੁੰਦਾ ਸਿਹਤ ਲਈ ਤਾਂ ਤੁਸੀਂ ਵੀ ਇਹੀ ਯੂਜ਼ ਕਰਿਆ ਕਰੋ ਥੋੜਾ ਜਿਹਾ ਇਹ ਜ਼ਿਆਦਾ ਪਾਉਣਾ ਪੈਂਦਾ ਦੂਜੇ ਨਾਲੋਂ ਘੱਟ ਤਿੱਖਾ ਹੁੰਦਾ ਤਾਂ ਜਿਹੜੀ ਲਾਲ ਮਿਰਚ ਆਪਾਂ ਥੋੜੀ ਜੀ ਪਾਵਾਂਗੇ ਕਿਉਂਕਿ ਆਪਾਂ ਸੁੱਕੀਆਂ ਲਾਲ ਵੀ ਯੂਜ਼ ਕੀਤੀਆਂ ਹਰੀ ਮਿਰਚ ਵੀ ਪਾਈ ਆ ਗਰਮ ਮਸਾਲਾ ਅੱਧਾ ਚਮਚ ਅਸੀਂ ਜ਼ਿਆਦਾ ਮਸਾਲੇ ਵੀ ਆਪਾਂ ਘੱਟ ਯੂਜ਼ ਕਰਦੇ ਆ ਨਹੀਂ ਯੂਜ਼ ਕਰਦੇ ਜ਼ਿਆਦਾ ਅੱਧਾ ਚਮਚ ਹਲਦੀ ਪਾਊਡਰ ਪਾ ਲੈਣਾ ਆਪਾਂ ਹਲਦੀ ਪਾ ਕੇ ਹਲਦੀ ਨੂੰ ਚੰਗੀ ਤਰ੍ਹਾਂ ਭੁੰਨਣਾ ਕਿਉਂਕਿ ਜਿਹੜਾ ਹਲਦੀ ਦਾ ਕੱਚਾਪਾਣਾ ਉਹ ਨਹੀਂ ਆਉਣਾ ਚਾਹੀਦਾ ਨਹੀਂ ਤਾਂ ਸਬਜ਼ੀ ਦਾ ਸਾਰਾ ਟੇਸਟ ਜਿਹੜਾ ਉਹ ਖਰਾਬ ਹੋ ਜਾਂਦਾ ਤਾਂ ਗੈਸ ਨੂੰ ਆਪਾਂ ਮੀਡੀਅਮ ਤੋਂ ਲੋ ਫਲੇਮ ਕਰ ਲੈਣਾ ਤਾਂ ਕਿ ਮਸਾਲੇ ਜਲ ਵੀ ਨਾ ਜਾਣ ਹੁਣ ਜਦੋਂ ਇਹਨੇ ਘੋ ਛੱਡ ਦਿੱਤਾ ਮਸਾਲੇ ਨੇ ਤਾਂ ਹੁਣ ਆਪਾਂ ਜਿਹੜਾ ਪੀਸੀ ਵੀ ਆਪਣੀ ਗਰੇਵੀ ਆ ਇਹਨੂੰ ਆਪਾਂ ਇਹਦੇ ਵਿੱਚ ਐਡ ਕਰ ਲੈਣਾ ਹੈ ਅੱਛੀ ਤਰ੍ਹਾਂ ਹਿਲਾ ਲੈਣਾ ਹਿਲਾ ਕੇ ਆਪਾਂ ਇਹ ਚਾਰ ਤੋਂ ਪੰਜ ਮਿੰਟ ਤੱਕ ਇਹਨੂੰ ਭੁੰਨਣਾ ਹੈ ਦੇ ਵਿੱਚ ਥੋੜਾ ਜਿਹਾ ਥੱਜਾ ਕੋ ਬਲਾਸ ਜਿਹੜਾ ਪਾਣੀ ਦਾ ਐਡ ਕਰ ਦੇਣਾ ਦੂਸਰੇ ਬਰਤਨ ਨੂੰ ਉਹਦੇ ਵਿੱਚ ਜਿਹੜਾ ਉਹ ਗਰੇਵੀ ਲੱਗੀ ਹੋਈ ਆਪਾਂ ਥੋੜਾ ਹਿਲਾ ਕੇ ਪਾ ਦੇਣਾ ਤਾਂ ਥੋੜਾ ਜਿਹਾ ਆਪਾਂ ਇਹਦੇ ਵਿੱਚ ਇਹਦਾ ਵਧੀਆ ਜਿਹੜਾ ਲੁੱਕ ਆਉਣ ਦੇ ਲਈ ਸਿਰਫ ਇੱਕ ਚੁੰਡੀ ਜਿਹੜੀ ਆਪਾਂ ਫਰੂਟ ਕਲਰ ਜਿਹੜਾ ਰੈੱਡ ਫਰੂਟ ਕਲਰ ਆ ਉਹਦੀ ਐਡ ਕਰਾਂਗੇ ਉਹਦੇ ਲੁੱਕ ਵਾਈਜ਼ ਬਹੁਤ ਅੱਛਾ ਲੱਗਦਾ ਜੇ ਤੁਸੀਂ ਕਸ਼ਮੀਰੀ ਲਾਲ ਮਿਰਚ ਯੂਜ਼ ਕਰਦੇ ਹੋ ਫਿਰ ਉਹਦੇ ਲਈ ਉਹਦਾ ਕਲਰ ਜਿਹੜਾ ਰੈੱਡ ਜ਼ਿਆਦਾ ਹੁੰਦਾ ਆਪਾਂ ਫਰੂਟ ਕਲਰ ਦੀ ਲੋੜ ਜਿਹੜੀ ਉਹ ਨਹੀਂ ਪੈਂਦੀ ਤਾਂ ਹੁਣ ਇਸ ਤੋਂ ਬਾਅਦ ਅਗਲਾ ਇਨਗਰੀਡੀਐਂਟ ਜਿਹੜਾ ਮੇਨ ਇਨਗਰੀਡੀਐਂਟ ਇਹਦੇ ਵਿੱਚ ਆਪਾਂ ਯੂਜ਼ ਕਰਦੇ ਆ ਇਹਦੀ ਗਰੇਵੀ ਨੂੰ ਕਰੀਮੀ ਬਣਾਉਣ ਦੇ ਲਈ ਉਹ ਆ ਫਰੈਸ਼ ਕਰੀਮ ਤੁਸੀਂ ਅਮੂਲ ਦੀ ਕਰੀਮ ਵੀ ਯੂਜ਼ ਕਰ ਸਕਦੇ ਹੋ ਜੋ ਮਾਰਕੀਟ ਵਿੱਚ ਈਜ਼ੀਲੀ ਮਿਲ ਜਾਂਦੀ ਹੈ ਪਰ ਅਸੀਂ ਘਰ ਦੇ ਦੁੱਧ ਤੋਂ ਜਿਹੜੀ ਉਤਾਰੀ ਵੀ ਮਲਾਈ ਆ ਉਹਨੂੰ ਐਡ ਕਰਾਂਗੇ ਤੇ ਥੋੜਾ ਜਿਹਾ ਆਪਾਂ ਕਸੂਰੀ ਮੇਥੀ ਨੂੰ ਤਾਂ ਗਰਮ ਤਵੇ ਦੇ ਉੱਪਰ ਰੋਸਟ ਕਰਕੇ ਉਹ ਵੀ ਐਡ ਕਰਾਂਗੇ ਆਪਾਂ ਬਸ ਇਹਨੂੰ ਹਲਕਾ ਜਿਹਾ ਹੀ ਭੁੰਨਾ ਜ਼ਿਆਦਾ ਨਹੀਂ ਆਪਾਂ ਭੁੰਨਾ ਲੋ ਜੀ ਹੁਣ ਟਾਈਮ ਆ ਗਿਆ ਜੀ ਆਪਣਾ ਫਰੈਸ਼ ਕਰੀਮ ਐਡ ਕਰਨ ਦਾ ਆਪਾਂ ਇੱਕ ਕਟੋਰੀ ਜਿਹੜੀ ਆ ਉਹ ਫਰੈਸ਼ ਕਰੀਮ ਦੀ ਲਈ ਆ ਇਹ ਮਲਾਈ ਆ ਜੀ ਜਿਹੜੀ ਦੁੱਧ ਤੋਂ ਉਤਾਰੀ ਗਈ ਹੈ ਤੁਹਾਨੂੰ ਦੱਸ ਚੁੱਕੇ ਆ ਦੇਖੋ ਬਿਲਕੁਲ ਰੈਸਟੋਰੈਂਟ ਸਟਾਈਲ ਲੁੱਕੇ ਦੀ ਆ ਗਈ ਆ ਜੇ ਆਪਾਂ ਮਾਰਕੀਟ ਚੋਂ ਖਰੀਦਣ ਜਾਂਦੇ ਆ ਦੇਖੋ ਭਾਈ 300 ਦੀ ਪਲੇਟ ਦਿੰਦੇ ਆ ਜਿਹੜੀ ਦੋ ਜੋ ਤਿੰਨ ਲੋਕਾਂ ਲਈ ਸਫੀਸ਼ੀਐਂਟ ਹੁੰਦੀ ਆ ਪਰ ਆਪਾਂ ਘਰ ਦੇ ਵਿੱਚ ਉਨੇ ਪੈਸਿਆਂ ਦੇ ਵਿੱਚ ਸਾਰੇ ਪਰਿਵਾਰ ਦੇ ਲਈ ਆਪਾਂ ਸਬਜੀ ਜਿਹੜੀ ਤਿਆਰ ਕਰ ਸਕਦੇ ਆ ਮਲਾਈ ਨੂੰ ਤੁਸੀਂ ਥੋੜਾ ਥੋੜਾ ਕਰਕੇ ਐਡ ਕਰਨਾ ਤਾਂ ਕਿ ਉਹਦੀਆਂ ਲਿੰਸ ਜਿਹੜੀਆਂ ਨਾ ਬਣ ਜਾਣ ਹੁਣ ਆਪਣੀ ਚੀਜ਼ ਟਮਾਟੋ ਦੀ ਸਬਜੀ ਦਾ ਫਾਈਨਲ ਲੁੱਕ ਜਿਹੜਾ ਤਿਆਰ ਆ ਦੇਖੋ ਗਰੇਵੀ ਕਿੰਨੀ ਸੋਹਣੀ ਬਣੀ ਆ ਹੁਣ ਫਾਈਨਲੀ ਜਿਹੜੇ ਆਪਣੀ ਸਬਜੀ ਤਿਆਰ ਆ ਤੇ ਆਪਾਂ ਇਹਦੇ ਉੱਪਰ ਕਸੂਰੀ ਮੇਥੀ ਜਿਹੜੀ ਤਵੇ ਤੇ ਰੋਸਟ ਕੀਤੀ ਸੀ ਉਹ ਥੋੜੀ ਹਲਕੀ ਹੱਥ ਦੇ ਨਾਲ ਮਸਲ ਕੇ ਆਪਾਂ ਪਾ ਦੇਣੀ ਆ ਤਾਂ ਬਿਲਕੁਲ ਆਪਾਂ ਲੋ ਫਲੇਮ ਕਰ ਦੇਣਾ ਗੈਸ ਦਾ ਲੋ ਫਲੇਮ ਕਰਕੇ ਤੇ ਜਿਹੜਾ ਆਪਣਾ ਪਨੀਰ ਤੇ ਟਮਾਟਰ ਆਪਾਂ ਥੋੜਾ ਫਰਾਈ ਕਰਕੇ ਰੱਖੇ ਸੀ ਉਹਨਾਂ ਨੂੰ ਆਪਾਂ ਐਡ ਕਰ ਦੇਣਾ ਬਸ ਲੋ ਫਲੇਮ ਤੇ ਆਪਾਂ 4 ਤੋਂ 5 ਮਿੰਟ ਤੱਕ ਇਹਨੂੰ ਪਕਾਉਣਾ ਤਾਂ ਆਪਣਾ ਚੀਜ਼ ਟਮਾਟੋ ਦੀ ਜਿਹੜੀ ਰੈਸਟੋਰੈਂਟ ਸਟਾਈਲ ਜਿਹੜੀ ਸਬਜ਼ੀ ਆ ਉਹ ਬਣ ਕੇ ਤਿਆਰ ਆ ਇਹਨੂੰ ਤੁਸੀਂ ਤੰਦੂਰੀ ਫੁਲਕੇ ਨਾਲ ਜਾਂ ਚਾਵਲ ਨਾਲ ਕਿਸ ਤਰ੍ਹਾਂ ਵੀ ਖਾ ਸਕਦੇ ਹੋ ਗਰਮ ਗਰਮ ਪਰੋਸੋ ਬੱਚੇ ਤੇ ਵੱਡੇ ਯਕੀਨ ਕਰਿਓ ਬਹੁਤ ਇੰਜੋਏ ਕਰਦੇ ਆਏ ਖਾਣਾ ਯਕੀਨ ਕਰਿਓ ਜੇ ਬਣਿਆ ਸੋਹਣਾ ਹੋਵੇ ਤੇ ਉਹਨੂੰ ਉਹਦੀ ਪ੍ਰੈਜੈਂਟੇਸ਼ਨ ਵੀ ਅੱਛੀ ਹੋਵੇ ਤਾਂ ਉਹ ਜਿਹੜਾ ਉਹਦਾ ਜ਼ਿਆਦਾ ਦੁੱਗਣਾ ਮਜ਼ਾ ਹੋ ਜਾਂਦਾ ਤਾਂ ਹੁਣ ਆਪਾਂ ਜਿਹੜੀ ਸਬਜੀ ਆ ਦੇਖੋ ਕਿੰਨੀ ਸੋਹਣੀ ਬਣ ਕੇ ਤਿਆਰ ਆ ਤਾਂ ਇਹਨੂੰ ਆਪਾਂ ਅੱਛੀ ਤਰ੍ਹਾਂ ਦੇ ਨਾਲ ਸਜਾ ਕੇ ਜੇ ਪੇਸ਼ ਕਰਾਂਗੇ ਤਾਂ ਜਿਹੜਾ ਖਾਣ ਵਾਲੇ ਦਾ ਮਜ਼ਾ ਉਹ ਕਈ ਗੁਣਾ ਵੱਧ ਜਾਂਦਾ ਤਾਂ ਹੁਣ ਆਪਾਂ ਇਹਨੂੰ ਸਜਾਉਣ ਦੇ ਲਈ ਇੱਕ ਕੜਾਈ ਲਈ ਆ ਛੋਟੀ ਉਹਦੇ ਵਿੱਚ ਆਪਾਂ ਥੋੜਾ ਜਿਹਾ ਇਹਨੂੰ ਕੱਢ ਦੇਣਾ ਕੱਢ ਕੇ ਫਿਰ ਆਪਾਂ ਇਹਦੇ ਉੱਪਰ ਥੋੜਾ ਇਹਨੂੰ ਗਾਰਨਿਸ਼ ਕਰਾਂਗੇ ਲਓ ਜੀ ਆਪਾਂ ਪਨੀਰ ਦੇ ਪੀਸ ਤੇ ਥੋੜੀ ਗਰੇਵੀ ਇੱਕ ਛੋਟੀ ਕੜਾਈ ਦੇ ਵਿੱਚ ਕੱਢ ਲਈ ਹੈ ਠੀਕ ਹੈ ਜੀ ਹੁਣ ਆਪਾਂ ਇਹਦੇ ਉੱਪਰ ਜਿਹੜਾ ਥੋੜਾ ਜਿਹਾ ਪਨੀਰ ਮੈਂ ਰੱਖਿਆ ਸੀ ਕद्दूकस ਕੀਤਾ ਉਹਨੂੰ ਉਹ ਉੱਪਰ ਆਪਾਂ ਡੈਕੋਰੇਟ ਕਰ ਦੇਣਾ ਉਹਦੇ ਨਾਲ ਗਾਰਨਿਸ਼ ਕਰ ਦੇਣਾ ਜੇ ਹਰਾ ਧਨੀਆ ਹੋਵੇ ਤਾਂ ਉਹ ਵੀ ਪਾ ਸਕਦੇ ਆ ਇਸ ਟਾਈਮ ਇਸ ਮੌਸਮ 'ਚ ਨਹੀਂ ਹੁੰਦਾ ਤਾਂ ਆਪਾਂ ਜਿਹੜੀ ਥੋੜੀ ਕਸੂਰੀ ਮੇਥੀ ਸੁੱਕੀ ਤਵੇ ਤੇ ਰੋਸਟ ਕੀਤੀ ਵੀ ਰੱਖੀ ਸੀ ਆਪਾਂ ਉਹਦੇ ਨਾਲ ਹੀ ਇਹਨੂੰ ਸਜਾ ਦਿੱਤਾ ਤਾਂ ਹੁਣ ਤੁਸੀਂ ਸਾਨੂੰ ਦੱਸਿਓ ਕਿ ਤੁਹਾਨੂੰ ਇਹ ਸਾਡੀ ਸਬਜੀ ਦੀ ਰੈਸਪੀ ਜਿਹੜੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਰੌਣਕੀ ਪੰਜਾਬ ਤੇ ਰੌਣਕੀ ਪੰਜਾਬ ਵਲੌਗ ਦੋਨਾਂ ਨੂੰ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ